ਦੀ ਅਗਵਾਈ 'ਚ ਦਿੱਲੀ ਦੇ ਵਿੱਚ ਰੂਲ ਕਰਤਾ, ਟੀਚਰ ਜਿਹੜਾ ਪੜ੍ਹਾਉਣ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਕਰੂਗਾ, ਸਿਰਫ ਪੜ੍ਹਾਈ ਉਹਦਾ ਕੰਸਨਟ੍ਰੇਸ਼ਨ ਪੜ੍ਹਾਈ 'ਤੇ ਹੋਣੀ ਚਾਹੀਦੀ ਹੈ ਬਸ, ਨਹੀਂ ਤਾਂ ਹੋਰ ਸਾਰੇ ਕੰਮ। ਬਲਕਿ ਇਹ ਤਾਂ ਚਲੋ ਵੋਟਾਂ ਜੇ ਉਹ ਤਾਂ ਕਦੇ ਕਦੇ ਆਉਂਦੀਆਂ, ਜਨਗਣਨਾ ਕਰਾਉਣੀ ਆ ਫਲਾਨਾ ਧਿਮਕਾ, ਸਕੂਲ 'ਚ ਹੈੱਡ ਮਾਸਟਰ ਦੀ ਡਿਊਟੀ, ਉਹਦੀ ਸਕੂਲ 'ਚ ਹੈੱਡ ਮਾਸਟਰ ਦਾ ਧਿਆਨ ਪੜ੍ਹਾਈ ਵੱਲ ਨਹੀਂ ਹੁੰਦਾ, ਕਿਸੇ ਬਾਥਰੂਮ ਦੀ ਟੂਟੀ ਖੁੱਲ੍ਹੀ ਰਹਿ ਗਈ ਜੀ, ਕਿਤੇ ਪੱਖਾ ਨਹੀਂ ਚੱਲਦਾ ਜੀ, ਕਿਤੇ ਫਿਊਜ ਉੱਡ ਗਿਆ ਜੀ, ਕੋਈ ਰਾਤ ਤਾਰਾਂ ਵੱਢ ਗਿਆ ਜੀ, ਇਹ ਕੰਮ ਹੈੱਡ ਮਾਸਟਰ ਦਾ ਥੋੜ੍ਹੀ ਹੋਣਾ ਚਾਹੀਦਾ ਜਾਂ ਪ੍ਰਿੰਸੀਪਲ ਦਾ। ਅਸੀਂ ਫਿਰ ਸਟੇਟ ਮੈਨੇਜਰ, ਜਾਣੀ ਕਿ ਕੈਂਪਸ ਮੈਨੇਜਰ ਅਸੀਂ ਤੈਨਾਤ ਕਰਨ ਦਾ ਫੈਸਲਾ ਕੀਤਾ ਕਿ ਇਹ ਕੰਮ ਉਸ ਬੰਦੇ ਦਾ ਹੋਊਗਾ, ਪ੍ਰਿੰਸੀਪਲ ਦਾ ਜਾਂ ਹੈੱਡ ਮਾਸਟਰ ਦਾ ਧਿਆਨ ਸਿਰਫ ਪੜ੍ਹਾਈ ਵੱਲ ਹੋਊਗਾ। ਕੋਈ ਟੀਚਰ ਆਇਆ, ਕੋਈ ਹੋਰ ਕੋਈ ਦਿੱਕਤ ਤਾਂ ਨਹੀਂ ਆ ਰਹੀ ਪੜ੍ਹਾਈ ਵਾਲੀ, ਪੜ੍ਹਾਈ ਐਜੂਕੇਸ਼ਨ ਨਾਲ ਸੰਬੰਧਿਤ ਕੋਈ ਪ੍ਰੋਬਲਮ ਆਉਂਦੀ ਉਹ ਪ੍ਰਿੰਸੀਪਲ ਜਾਂ ਫਿਰ ਹੈੱਡ ਮਾਸਟਰ ਸਾਹਿਬ ਦੀ ਹੋਊਗੀ। ਫਿਰ ਸਕੂਲ ਜਿਹੜਾ ਪਵਿੱਤਰ ਜਗ੍ਹਾ ਕਹਿੰਦੇ ਆਪਾਂ, ਵਿੱਦਿਆ ਦਾ ਮੰਦਿਰ ਕਹਿੰਦੇ ਹਾਂ, ਸਕੂਲ 'ਚ ਛੁੱਟੀ ਤੋਂ ਬਾਅਦ ਕੀ ਹੁੰਦਾ ਫਿਰ, ਇਹ ਕਦੇ ਨੇ ਸੋਚਿਆ ਨਹੀਂ ਕਿਸੇ ਨੇ, ਕੌਣ ਕੌਣ ਆਉਂਦੇ ਉੱਥੇ? ਉੱਥੇ ਕਈ ਨਸ਼ੇੜੀ ਅੱਡੇ ਬਣਾ ਰੱਖੇ ਨੇ ਬਾਅਦ 'ਚ ਛੁੱਟੀ ਤੋਂ ਬਾਅਦ, ਉਹ ਉੱਥੇ ਕੋਈ ਗਲਤ ਮਲਤ ਸ਼ਲੀਲ ਚੀਜ਼ਾਂ ਲਿਖ ਜਾਂਦੇ ਕੰਧਾਂ 'ਤੇ, ਅਤੇ ਅਸੀਂ ਉਹਦੇ ਵਾਸਤੇ ਵੀ ਅਸੀਂ ਰੱਖਿਆ ਕਿ ਸਕੂਲ ਤੋਂ ਬਾਅਦ 'ਚ ਵੀ ਨਾ ਕੇਅਰਟੇਕ ਕਰਨ ਵਾਸਤੇ ਬੰਦੇ ਰੱਖੀ ਆਪਾਂ। ਕਈ ਵਾਰੀ ਬੱਚੇ ਇਹੋ ਜਿਹੀ ਉਮਰ ਹੁੰਦੀ ਹੈ 9ਵੀਂ 10ਵੀਂ, ਬੜੀ ਜਲਦੀ ਪ੍ਰਭਾਵਿਤ ਹੋ ਜਾਂਦੇ ਨੇ, ਉਹ ਆਪਦਾ ਗੱਲ ਕਰਕੇ ਰੱਖਦੇ ਨੇ ਕਿ ਕੱਲ੍ਹ ਨੂੰ ਫਲਾਨੇ ਬਾਥਰੂਮ ਦੀ ਚੌਥੀ ਇੱਟ ਥੱਲੇ ਸਾਨੂੰ ਕੋਈ ਨਸ਼ੇ ਦੀ ਪੂੜੀ ਦੱਬ ਜਾਓ, ਇੱਦਾਂ ਦੇ ਵੀ ਸਾਨੂੰ ਸਾਡੇ ਕੋਲ ਆਏ ਕੇਸ ਕਿ ਆਉਂਦਾ ਕਿੱਥੋਂ ਹੈ ਸਕੂਲ 'ਚ? ਉਹ ਕਹਿੰਦੇ ਜੀ ਰਾਤ ਨੂੰ ਆਉਂਦੇ ਆ, ਉਹ ਇੱਕ ਕੋਡ ਰੱਖਿਆ ਹੋਇਆ ਵੀ ਚੌਥੀ ਇੱਟ ਥੱਲੇ ਦੱਬ ਜਾਓ, 5ਵੀਂ ਇੱਟ ਥੱਲੇ ਇੱਟਾਂ ਪਈਆਂ। ਮੈਂ ਕਿਹਾ ਯਾਰ ਆਪਣੇ ਹੁਣ ਸਾਹਮਣੇ ਆਪਣੀ ਪੀੜ੍ਹੀ ਜਿਹੜੀ ਹੈ, ਫਿਰ ਅਸੀਂ ਸਮਝਾਇਆ ਬੱਚਿਆਂ ਨੂੰ, ਕਾਉਂਸਲਿੰਗ ਵੀ ਕੀਤੀ, ਅਤੇ ਇਹ ਤਾਂ ਠੀਕ ਹੋਊਗਾ ਜੇ ਸਕੂਲ ਤੋਂ ਬਾਅਦ 'ਚ ਵੀ ਟੇਕ ਕੇਅਰ ਹੋਊਗੀ। ਫਿਰ 20 ਲੱਖ ਪੇਰੈਂਟਸ ਨੇ, ਜਿਹੜੀਆਂ ਪੇਰੈਂਟ ਟੀਚਰ ਮੀਟਿੰਗ ਹੁੰਦੀਆਂ ਨੇ, ਅਧਿਆਪਕ ਮਾਪੇ ਮਿਲਣੀ ਪੰਜਾਬੀ 'ਚ ਕਹਿ ਦਿੰਦੇ ਆ, ਇਸ ਵਾਰ 20 ਲੱਖ ਮਾਪਿਆਂ ਨੇ ਉਹ 'ਚ ਹਿੱਸਾ ਲਿਆ, ਸਰਕਾਰੀ ਸਕੂਲਾਂ ਦੇ 20 ਲੱਖ ਨੇ। ਉਹ ਮੈਨੂੰ ਜਦੋਂ ਮੈਂ ਸ਼ਹਿਰ 'ਚ ਆਇਆ ਨਵਾਂ ਕੈਸਟਾਂ ਸੀਡੀਆਂ ਰਾਹੀਂ ਤੁਸੀਂ ਮੈਨੂੰ ਪਿਆਰ ਦਿੱਤਾ, ਸ਼ਹਿਰ 'ਚ ਰਹਿਣ ਲੱਗ ਗਿਆ, ਤਾਂ ਸਾਡੇ ਗੁਆਂਢੀਆਂ ਦਾ ਬੱਚਾ ਸੀਗਾ, ਅਤੇ ਉਹਦੀ ਉਹ ਕਿਹਾ ਕਰੇ ਅੱਜ ਮੇਰੀ PTM ਹੈ, ਤਾਂ ਮੈਨੂੰ ਤਾਂ ਪਤਾ ਹੀ ਨਹੀਂ ਸੀ PTM ਕੀ ਹੁੰਦੀ, ਸਰਕਾਰੀ 'ਚ ਪੜ੍ਹੇ ਹੋਏ ਹਨ, ਅਤੇ ਉਹ ਮੈਨੂੰ ਕਹਿੰਦਾ ਵੀ ਅੰਕਲ, ਕਹਿੰਦਾ ਤੁਹਾਡੇ PTM ਨਹੀਂ ਹੁੰਦੀ ਸਕੂਲਾਂ 'ਚ? ਮੈਂ ਬੇਟਾ ਹੁੰਦੀ ਹੈ, ਸਾਡੇ ਤਾਂ ਉੱਦਾਂ ਹੁੰਦੀ ਹੈ, ਜਿੱਦਾਂ ਕੋਈ ਗਲਤੀ ਕਰਦੀ ਵੀ ਫਿਰ ਟੀਚਰ ਕਹਿੰਦਾ ਜਾਂ ਤੇਰੇ ਬਾਪੂ ਨੂੰ ਬੁਲਾ ਕੇ ਲਿਆ, ਜਾਂ ਫਿਰ ਬਾਪੂ ਲੈਣ ਆ ਜੇ ਵੀ ਚੱਲ ਓਏ ਥੋੜ੍ਹਾ ਖੇਤ ਕੰਮ ਹੈ ਛੱਡ ਪਰੇ ਪੜ੍ਹਾਈ ਨੂੰ, ਇੱਕ ਦਿਨ ਆ ਕੇ DC ਲੱਗ ਜਾਏਗਾ, ਚੱਲ ਖੇਤ ਜਾਣਾ। ਮੈਂ ਕਿਹਾ ਉੱਦਾਂ ਹੀ ਸਾਡੇ ਤਾਂ PTM ਹੈ ਜੀ, ਸਾਡੇ ਹੋਰ ਤਾਂ PTM ਹੈ ਨਹੀਂ। ਸੋ ਮਾਪਿਆਂ ਨੂੰ ਵੀ ਪਤਾ ਹੋਣਾ ਚਾਹੀਦਾ ਮੇਰਾ ਬੱਚਾ ਕੀ ਪੜ੍ਹ ਰਿਹਾ, ਅਤੇ ਟੀਚਰ ਨੂੰ ਪਤਾ ਹੋਣਾ ਚਾਹੀਦਾ ਕਿ ਬੱਚਾ ਸਕੂਲ ਤੋਂ ਬਾਅਦ ਕੀ ਕਰ ਰਿਹਾ, ਕਿਹੜੀ ਸੰਗਤ 'ਚ ਪੈ ਰਿਹਾ। ਇਹ ਨਾ ਹੋਵੇ ਕਿ ਤੁਸੀਂ ਪੜ੍ਹਾਈ ਜਾਓ, ਉਹ ਇਹੋ ਜਿਹੀ ਸੰਗਤ 'ਚ ਪੈ ਜਾਏ, ਸਾਰਾ ਕੁਛ ਜਿਹੜਾ ਉਹ ਬਰਬਾਦ ਹੋ ਜਾਏ। ਸੋ ਇਹ ਬਹੁਤ ਜ਼ਰੂਰੀ ਹੈ, ਮਾਪਿਆਂ ਦਾ ਅਤੇ ਅਧਿਆਪਕਾਂ ਦਾ ਆਪਸ 'ਚ ਮਿਲਣਾ। ਫਿਰ ਹੁਣ ਉਹ ਜ਼ਮਾਨਾ ਤਾਂ ਹੈ ਨਹੀਂ ਪਹਿਲਾਂ ਵਾਲਾ ਵੀ ਜਦੋਂ ਕਹਿੰਦੇ ਨੇ ਵੀ ਦਾਖਲ ਕਰਾਉਣ ਜਾਂਦੇ ਹੁੰਦੇ ਸੀ ਬੱਚੇ ਨੂੰ, ਤਾਂ ਮਾਪੇ ਕਹਿੰਦੇ ਸੀ ਭਾਈ ਅੱਜ ਤੋਂ ਤੁਹਾਡਾ ਹੋ ਗਿਆ, ਜੇ ਸ਼ਰਾਰਤ ਕਰੇ
ਅਗਰ ਜਿਵੇਂ ਮਰਜ਼ੀ ਇੱਕ ਤਾਂ ਲਾ ਵੀ ਦਿਓ ਭਾਵੇਂ, ਅਤੇ ਪਰ ਸਾਡੇ ਕੋਲ ਨਹੀਂ ਵਾਪਸ ਪਹੁੰਚਣਾ ਚਾਹੀਦਾ। ਹੁਣ ਉਲਟਾ ਕਹਿੰਦੇ ਨੇ ਵੀ ਭਾਈ ਬਹੁਤ ਜ਼ਿੱਦੀ ਹੈ, ਇਕੱਲਾ ਇਕੱਲਾ, ਜੇ ਸ਼ਰਾਰਤ ਕਰੇ ਕੁਛ ਨਹੀਂ ਕਹਿਣਾ, ਸਾਡੇ ਕੋਲ ਭੇਜ ਦਿਓ। ਫਿਰ ਟੀਚਰ ਕਹਿੰਦਾ ਠੀਕ ਹੈ ਭਾਈ, ਮੈਂ ਕੀ ਕਰਾਂ ਫਿਰ ਹੁਣ, ਧੁੱਫ ਬਦਲ ਗਿਆ ਜ਼ਮਾਨਾ। ਸੋ ਇਸ ਕਰਕੇ ਪੜ੍ਹਾਉਣ ਦੇ ਤਰੀਕੇ ਬਦਲ ਗਏ, ਤਾਂ ਅਸੀਂ ਫਿਰ ਦਿੱਲੀ ਤੋਂ ਅਸੀਂ ਆਈਡੀਆ ਲਿਆ, ਕਾਮਯਾਬ ਆਈਡੀਆ, ਕਿ ਪ੍ਰਿੰਸੀਪਲਸ ਨੂੰ, ਹੈੱਡ ਮਾਸਟਰਸ ਨੂੰ ਅਸੀਂ ਸਿੰਗਾਪੁਰ ਪ੍ਰਿੰਸੀਪਲ ਉੱਥੇ ਟ੍ਰੇਨਿੰਗ ਅਕੈਡਮੀ ਹੈ ਉੱਥੇ ਭੇਜਣ ਲੱਗੇ। ਪੰਜਾਬ ਦੇ ਸੈਂਕੜੇ ਹੈੱਡ ਮਾਸਟਰ ਅਤੇ ਪ੍ਰਿੰਸੀਪਲ ਸਾਹਿਬਾਨ ਸਿੰਗਾਪੁਰ ਜਾ ਕੇ ਆਏ ਨੇ। ਤੁਹਾਡੇ 'ਚ ਹੋਣਾ ਸ਼ਾਇਦ ਕੋਈ ਕਦਾ ਜਿਹੜਾ ਜਾ ਕੇ ਆਇਆ ਹੋਵੇ, ਆਪ ਬੈਠੇ ਨੇ, ਬਹੁਤ ਸਾਰੇ ਬੈਠੇ, ਬਹੁਤ ਸਾਰੇ ਬੈਠੇ। ਸੋ ਸਾਡਾ ਮਤਲਬ ਉੱਥੇ ਸਿੰਗਾਪੁਰ ਲਿਜਾ ਕੇ ਘੁਮਾਉਣਾ ਨਹੀਂ ਹੈਗਾ, ਸਾਡਾ ਮਕਸਦ ਇਹ ਹੈ ਕਿ ਉਹ ਸਿੱਖ ਕੇ ਆਉਣ ਨਵੇਂ ਤਰੀਕੇ ਪੜ੍ਹਾਉਣ ਦੇ। ਹੁਣ ਉਹ ਤਰੀਕੇ ਬਦਲ ਗਏ ਵੀ MBD ਗਾਈਡ 'ਤੇ ਨਿਸ਼ਾਨੀਆਂ ਲਵਾ ਦਿਓ, ਕੱਲ੍ਹ ਨੂੰ ਕਰ ਲਿਆਇਓ। ਕੱਲ੍ਹ ਨੂੰ ਜਿਹਨੇ MBD ਮੁਤਾਬਕ ਕਰ ਲਈ ਠੀਕ ਹੈ, ਨਹੀਂ ਤਾਂ ਕੰਨ ਫੜ ਲਾ। ਜਾਂ ਫਿਰ ਆਉਂਦਾ ਹੀ ਨਹੀਂ ਸੀ ਬੱਚਾ, ਵੀ ਛੱਡ ਪਰੇ ਆਪਾਂ ਕੀਤਾ ਤਾਂ ਕੰਮ ਹੈ ਨਹੀਂ। ਸੋ ਤਰੀਕੇ ਬਦਲ ਗਏ ਤਾਂ ਪੜ੍ਹਾਉਣ ਦੇ, ਹੁਣ ਪੜ੍ਹਨ ਦੇ ਪੜ੍ਹਾਉਣ ਦੇ ਤਰੀਕੇ ਬਦਲ ਗਏ। ਸੋ ਅਸੀਂ ਚਾਹੁੰਦੇ ਹਾਂ ਕਿ ਲੇਟੈਸਟ